ਸਰਦਾਰ ਹਰਪਾਲ ਸਿੰਘ ਚੀਮਾ ਸਾਡੇ ਅੱਜ ਦੇ ਮੁੱਖ ਮਹਿਮਾਨ ਇਸ ਮਹਿਫਲ ਦਾ ਸ਼ਿੰਗਾਰ ਸਰਦਾਰ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਉਹ ਤੁਹਾਡੇ ਨਾਲ ਆਪਣਾ ਵਿਚਾਰ ਸੁਣਦੇ ਹਾਂ ਬਹੁਤ ਹੀ ਸਤਿਕਾਰਯੋਗ ਮੰਚ ਤੇ ਬਿਰਾਜਮਾਨ ਬਹੁਤ ਹੀ ਉੱਚੀਆਂ ਸ਼ਖਸੀਅਤਾਂ ਸਾਡੇ ਆਨਰੇਬਲ ਸੁਪਰੀਮ ਕੋਰਟ ਦੇ ਐਡਵੋਕੇਟ ਸਾਹਿਬਾਨ ਆਯੁਰਵੈਦਿਕ ਪੰਜਾਬ ਸਰਕਾਰ ਦੇ ਡਾਇਰੈਕਟਰ ਸਾਹਿਬਾਨ ਆਰ ਐਨ ਕਾਂਸਲ ਜੀ ਜਿਨ੍ਹਾਂ ਨੇ ਮੈਂ ਸਮਝਦਾ ਬੜਾ ਵੱਡਾ ਉੱਦਮ ਇਲੈਕਟ੍ਰੋ ਹੋਮੋਪੈਥਿਕ ਨੂੰ ਹਰ ਘਰ 'ਚ ਲਿਜਾਣ ਦਾ ਬੀੜਾ ਚੁੱਕਿਆ ਹੈਗਾ ਅਤੇ ਮੇਰੇ ਬਹੁਤ ਹੀ ਸਤਿਕਾਰਯੋਗ ਵੱਖ ਵੱਖ ਪਿੰਡਾਂ ਤੋਂ ਆਏ ਸਾਰੇ ਡਾਕਟਰ ਸਾਹਿਬਾਨ ਸਾਰਿਆਂ ਨੂੰ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਲੈਕਟ੍ਰੋ ਹੋਮੋਪੈਥਿਕ ਦੇ ਜਿੰਨੇ ਵੀ ਫੰਕਸ਼ਨ ਹੁੰਦੇ ਨੇ ਡਾਕਟਰ ਆਰ ਐਨ ਕਾਂਸਲ ਜੀ ਨਾਲ ਮੇਰੀ ਪੁਰਾਣੀ ਸਾਂਝ ਆ ਸਾਰੇ ਡਾਕਟਰ ਸਾਹਿਬਾਨ ਦੇ ਨਾਲ ਬਹੁਤ ਸਾਰਿਆਂ ਨਾਲ ਮੇਰਾ ਪਰਸਨਲ ਤੌਰ 'ਤੇ ਤਾਲੁਕਾਤ ਆ ਜਦੋਂ ਵੀ ਇਹ ਕਦੇ ਬੁਲਾਉਂਦੇ ਨੇ ਕਿਸੇ ਵੀ ਫੰਕਸ਼ਨ 'ਤੇ ਕਿਸੇ ਵੀ ਇਹਨਾਂ ਦਾ ਆਪਣਾ ਕੋਈ ਨਿੱਜੀ ਫੰਕਸ਼ਨ ਹੋਵੇ ਜਾਂ ਸਕੂਲ ਦਾ ਫੰਕਸ਼ਨ ਹੋਵੇ ਤਾਂ ਮੇਰੀ ਪ੍ਰਾਇਓਰਟੀ ਹੁੰਦੀ ਹੈ ਕਿ ਮੈਂ ਉਸ ਫੰਕਸ਼ਨ ਦੇ ਉੱਤੇ ਜ਼ਰੂਰ ਪਹੁੰਚਾਂ ਤਾਂ ਕਿ ਕੁਛ ਨਾ ਕੁਛ ਜਿਹੜਾ ਜ਼ਿੰਦਗੀ ਦੇ ਅੰਦਰ ਸਿੱਖਣ ਨੂੰ ਮੌਕਾ ਮਿਲਦਾ ਹੈਗਾ ਬੇਸ਼ੱਕ ਇਲੈਕਟ੍ਰੋਪੈਥੀ ਹਿੰਦੁਸਤਾਨ ਦੇ ਅੰਦਰ ਇਲੈਕਟ੍ਰੋ ਹੋਮੋਪੈਥੀ ਹੋਮਿਓਪੈਥੀ ਆਯੁਰਵੈਦਿਕ ਬਹੁਤ ਸਾਰੀਆਂ ਜਿਹੜੀਆਂ ਯੂਨਾਨੀ ਬਹੁਤ ਸਾਰੀਆਂ ਆਯੁਰਵੈਦ ਦੀਆਂ ਬਹੁਤ ਸਾਰੀਆਂ ਯੂਨਾਨੀ ਜਿਹੜੀਆਂ ਮੈਡੀਸਨ ਦੀਆਂ ਇੰਸਟੀਟਿਊਸ਼ਨ ਦੇਸ਼ ਦੇ ਅੰਦਰ ਵੀ ਕੰਮ ਕਰਦੀਆਂ ਨੇ ਬਾਹਰਲੇ ਦੇਸ਼ਾਂ 'ਚ ਵੀ ਕੰਮ ਕਰਦੀਆਂ ਨੇ ਅੱਜ ਕੱਲ੍ਹ ਨਵੇਂ ਨਵੇਂ ਟੈਕਨੀਕਸ ਜਿਹੜੇ ਉਹ ਡਿਵੈਲਪ ਹੋ ਰਹੇ ਨੇ ਕਿਸ ਤਰ੍ਹਾਂ ਮਨੁੱਖ ਦੇ ਸਰੀਰ ਨੂੰ ਕਿਸ ਤਰ੍ਹਾਂ ਆਪਾਂ ਠੀਕ ਰੱਖਣਾ ਗਾ ਕਿਸ ਤਰ੍ਹਾਂ ਤੰਦਰੁਸਤ ਰੱਖਣਾ ਗਾ ਬਹੁਤ ਸਾਰੇ ਉੱਤੇ ਨਵੇਂ ਨਵੀਆਂ ਜਿਹੜੇ ਤੰਗ ਆਜ਼ਾਦ ਹੋ ਰਹੇ ਨੇਗੇ ਸੋ ਮੈਂ ਹੁਣੇ ਸਾਡੇ ਵਕੀਲ ਸਾਹਿਬਾਨ ਜਿਹੜੇ ਸੁਪਰੀਮ ਕੋਰਟ ਤੋਂ ਸਾਹਮਣੇ ਗੱਲ ਕਰ ਰਿਹਾ ਸੀਗਾ ਕਿ ਕਿਹੜੇ ਕਿਹੜੇ ਸਟੇਟਾਂ ਦੇ ਅੰਦਰ ਇਲੈਕਟ੍ਰੋ ਹੋਮੋਪੈਥਿਕ ਨੂੰ ਮਾਨਤਾ ਪ੍ਰਾਪਤ ਔਰ ਕਿਹਨਾਂ ਦੇ ਅੰਦਰ ਹਜੇ ਪ੍ਰੋਸੈਸ ਚੱਲ ਰਿਹਾ ਹੈਗਾ ਸੋ ਇਹਨਾਂ ਨੇ ਮੈਨੂੰ ਕਾਫੀ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਪ੍ਰਦਾਨ ਕੀਤੀ ਆ ਸੋ ਮੈਂ ਸਾਡੇ ਡਾਇਰੈਕਟਰ ਸਾਹਿਬ ਆਯੁਰਵੈਦ ਦੇ ਬੈਠੇ ਨੇ ਮੈਂ ਡਾਇਰੈਕਟਰ ਸਾਹਿਬ ਨੂੰ ਬੇਨਤੀ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਅਗਲੇ 15 ਦਿਨਾਂ ਦੇ ਅੰਦਰ ਇੱਕ ਮੀਟਿੰਗ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੇ ਸਾਡੇ ਪੰਜਾਬ ਦੇ ਹੈਲਥ ਮਿਨਿਸਟਰ ਨੇ ਡਾਕਟਰ ਬਲਵੀਰ ਸਿੰਘ ਜੀ ਜਿਹੜੇ ਕਿ ਖੁਦ ਆਪ ਪ੍ਰੋਫੈਸਰ ਵੀ ਨੇ ਡਾਕਟਰ ਵੀ ਨੇ ਜਿਹਨਾਂ ਦਾ ਬਹੁਤ ਲੰਬਾ ਅਰਸਾ ਆਪਣੀ ਜ਼ਿੰਦਗੀ ਦੇ ਅੰਦਰ ਬਹੁਤ ਸਾਰੇ ਡਾਕਟਰ ਬਣਾਏ ਨੇ ਪੜ੍ਹਾਏ ਨੇ ਸੋ ਉਹਨਾਂ ਦੇ ਨਾਲ ਡਾਕਟਰ ਆਰ ਐਨ ਕਾਂਸਲ ਦੀ ਅਤੇ ਇਹਨਾਂ ਦੀ ਸਮੁੱਚੀ ਟੀਮ ਦੀ ਇੱਕ ਮੀਟਿੰਗ ਕਰਵਾਓ ਜਿੰਨੇ ਵੀ ਡਾਕੂਮੈਂਟ ਸੁਪਰੀਮ ਕੋਰਟ ਦੇ ਨੇ ਹਾਈ ਕੋਰਟ ਦੇ ਜਿਹੜੇ ਜੱਜਮੈਂਟ ਹੈਗੀਆਂ ਉਹ ਸਾਰੀਆਂ ਜੱਜਮੈਂਟ ਨੂੰ ਲੈ ਕੇ ਕੇਸ ਤਿਆਰ ਕਰ ਲਓ ਤਾਂ ਕਿ ਆਪਾਂ ਗੌਰਮੈਂਟ ਆਫ ਇੰਡੀਆ ਦੇ ਨਾਲ ਟਾਈ ਅਪ ਕਰਕੇ ਆਯੂਸ਼ ਦੀ ਜਿਹੜੀ ਆਪਣੀ ਗੌਰਮੈਂਟ ਆਫ ਇੰਡੀਆ ਦੀ ਇੰਸਟੀਟਿਊਸ਼ਨ ਆ ਉੱਥੇ ਕੇਸ ਨੂੰ ਭੇਜ ਕੇ ਜਿਹੜੀ ਹੈ ਇਸ ਇਲੈਕਟ੍ਰੋਪੈਥੀ ਨੂੰ ਮਾਨਤਾ ਲਵਾਈਏ ਉਸ ਤੋਂ ਬਾਅਦ ਸਾਡਾ ਕੰਮ ਰਹਿ ਗਿਆ ਸਟੇਟ ਦਾ ਕੰਮ ਆ ਉਸ ਤੋਂ ਬਾਅਦ ਸਟੇਟ ਦਾ ਕੰਮ ਆ ਜਦੋਂ ਸਾਨੂੰ ਉੱਥੋਂ ਉਹਨਾਂ ਨੇ ਡਾਇਰੈਕਸ਼ਨ ਜਾਰੀ ਕਰਤੀ ਜਾਂ ਆਨਰੇਬਲ ਜਿਹੜੀਆਂ ਸੁਪਰੀਮ ਕੋਰਟ ਦੇ ਜੱਜਮੈਂਟ ਨੇ ਗਾਈਡਲਾਈਨ ਹੈਗੀਆਂ ਉਹਨਾਂ ਦੇ ਸੰਬੰਧ ਦੇ ਵਿੱਚ ਜਦੋਂ ਗਾਈਡਲਾਈਨ ਜਾਰੀ ਹੁੰਦੀ ਤਾਂ ਸਾਨੂੰ ਤਾਂ ਕੋਈ ਪ੍ਰੋਬਲਮ ਹੈ ਨਹੀਂ ਅਸੀਂ ਤਾਂ ਇਹਨਾਂ ਉਹ ਸਾਥੀਆਂ ਦੇ ਨਾਲ ਖੜ੍ਹੇ ਹਾਂ ਜਿਹੜੇ ਡਟ ਕੇ ਹਮੇਸ਼ਾ ਹੀ ਜਿਨ੍ਹਾਂ ਨੇ ਲੋਕਾਂ ਦੀ ਹੈਲਥ ਨੂੰ ਸਭ ਤੋਂ ਪਹਿਲ 'ਤੇ ਰੱਖਿਆ ਕਿਉਂਕਿ ਕਈ ਵਾਰ ਕੀ ਹੁੰਦਾ ਬਹੁਤ ਸਾਰੇ ਸੁਸਾਇਟੀ ਦੇ ਅੰਦਰ ਸਮਾਜ ਦੇ ਅੰਦਰ ਗਰੀਬ ਲੋਕ ਨੇ ਜਿਹੜੇ ਜਿਹੜੇ ਮੈਂ ਹਸਪਤਾਲ ਤੱਕ ਨਹੀਂ ਪਹੁੰਚ ਸਕਦੇ ਜਾਂ ਉਹਨਾਂ ਗੱਲ ਹੈਲਥ ਸਰਵਿਸਿਸ ਜਿਹੜੀਆਂ ਨੇਗੀਆਂ ਉਹ ਘੱਟ ਨੇਗੀਆਂ ਤਾਂ ਉੱਥੇ ਸਭ ਤੋਂ ਪਹਿਲਾਂ ਮੈਂ ਸਮਝਦਾ ਇੱਕ ਜਿਹੜਾ ਪਿੰਡ ਦੇ ਅੰਦਰ ਡਾਕਟਰ ਬੈਠਾ ਗਾ ਜਿਹੜਾ ਮੁਹੱਲੇ ਦੇ ਅੰਦਰ ਡਾਕਟਰ ਬੈਠਾ ਗਾ ਉਹ ਸਭ ਤੋਂ ਵੱਧ ਜਿਹੜਾ ਹੈਗਾ ਅੱਛੇ ਤਰੀਕੇ ਦੇ ਨਾਲ ਉਸ ਮਰੀਜ਼ ਦੀ ਮਦਦ ਕਰਦਾ ਗਾ ਸੋ ਮੈਂ ਸਮਝਦਾ ਇਹ ਉਹ ਲੋਕ ਨੇ ਜਿਹੜੇ ਫਸਟ ਏਡ ਸਭ ਤੋਂ ਪਹਿਲਾਂ ਪਹੁੰਚਾਉਂਦੇ ਨੇ ਸੋ ਇਹਨਾਂ ਨੂੰ ਪ੍ਰੋਟੈਕਟ ਕਰਨਾ ਇਹਨਾਂ ਦੀ ਰਾਖੀ ਕਰਨਾ ਸਾਡਾ ਫਰਜ਼ ਬਣਦਾ ਹੈਗਾ ਸੋ ਬਿਲਕੁਲ ਇਹਨਾਂ ਨੂੰ ਕੋਈ ਵੀ ਆਂਚ ਕਿਸੇ ਵੀ ਕਿਸਮ ਦੀ ਨਹੀਂ ਆਉਣ ਦੇਵਾਂਗੇ ਡਾਕਟਰ ਸਾਹਿਬ ਮੇਰੀ ਤੁਹਾਨੂੰ ਨਿੱਜੀ ਤੌਰ 'ਤੇ ਬੇਨਤੀ ਆ ਕਿ ਜਦੋਂ ਵੀ ਕਿਤੇ ਕੋਈ ਕਿਸੇ ਵੀ ਡਾਕਟਰ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੈਨੂੰ ਨਿੱਜੀ ਤੌਰ 'ਤੇ ਜਦੋਂ ਮਰਜ਼ੀ ਸੰਪਰਕ ਕਰ ਲਓ ਤਾਂ ਕਿ ਆਪਾਂ ਕਿਸੇ ਨੂੰ ਨਿੱਜੀ ਤੌਰ 'ਤੇ ਨਹੀਂ ਆਉਣ ਦੇਵਾਂਗੇ ਕਿਉਂਕਿ ਤੁਸੀਂ ਤਾਂ ਉਹ ਅੰਗ ਹੋ ਜਿਹੜੇ ਹਮੇਸ਼ਾ ਹੀ ਸਮਾਜ ਦਾ ਸੁਸਾਇਟੀ ਦਾ ਹਮੇਸ਼ਾ ਜਿਹਨਾਂ ਨੇ ਹੱਥ ਫੜ ਕੇ ਰੱਖਿਆ ਗਿਆ ਸੋ ਤੁਹਾਡੀ ਪ੍ਰੋਟੈਕਸ਼ਨ ਕਰਨਾ ਤੁਹਾਡੀ ਸੁਰੱਖਿਆ ਕਰਨਾ ਸਾਡਾ ਜਿਹੜਾ ਘੁੰਮਣ ਦਾ ਕੰਮ ਆ ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਆ ਕਿ ਪੰਜਾਬ ਦੇ ਅੰਦਰ ਜਿਹੜਾ ਸਿਹਤ ਸੇਵਾਵਾਂ ਹੈਗੀਆਂ ਉਹਨਾਂ ਨੂੰ ਬਿਹਤਰੀਨ ਜਗ੍ਹਾ 'ਤੇ ਲੈ ਕੇ ਜਾਣਾ ਨੂੰ ਹੋਰ ਉੱਚ ਪਾਏ ਦੀਆਂ ਬਣਾਉਣਾ ਸਾਡਾ ਟੀਚਾ ਹੈਗਾ ਇਸੇ ਸਾਲ ਹੀ ਲਗਭਗ ਅਸੀਂ ਜਿਹੜਾ ਨਵਾਂ ਸਾਲ ਚੜ੍ਹਿਆ ਗਿਆ ਇਸ ਸਾਲ ਦੇ ਅੰਦਰ ਅਸੀਂ 3 ਨਵੇਂ ਮੈਡੀਕਲ ਕਾਲਜ ਬਣਾਉਣ ਦੇ ਲਈ ਉਹਨਾਂ ਦਾ ਵੀ ਨੀਂਹ ਪੱਥਰ ਇਸੇ ਸਾਲ ਰੱਖਿਆ ਜਾਊਗਾ ਤਾਂ ਕਿ ਪੰਜਾਬ ਜਿਹੜਾ ਉਹ ਮੈਡੀਕਲ ਹੱਬ ਬਣਾਉਣ ਜਾਣਾ ਚਾਹੁੰਦੇ ਕਿਉਂਕਿ ਪੰਜਾਬ ਇੱਕ ਖੇਤੀਬਾੜੀ ਸੂਬਾ ਹੈਗਾ ਇੱਥੇ ਅਸੀਂ ਮੈਡੀਕਲ ਐਜੂਕੇਸ਼ਨ ਨੂੰ ਪ੍ਰਮੋਟ ਕਰ ਸਕਦੇ ਹਾਂ ਕਿਉਂਕਿ ਨਹੀਂ
ਜਿਹੜੇ ਅਰਬ ਦੇ ਕੰਟਰੀ ਨੇ ਜਾਂ ਯੂਰਪ ਦੇ ਕੰਟਰੀ ਨੇ, ਛੋਟੇ ਛੋਟੇ ਕੰਟਰੀ ਨੇ ਜਿਨ੍ਹਾਂ ਦੀ ਵਸੋਂ ਪੰਜਾਬ ਨਾਲ ਕਿਤੇ ਘੱਟ ਆ, ਜਿਨ੍ਹਾਂ ਦਾ ਖੇਤਰਫਲ ਪੰਜਾਬ ਨਾਲ ਕਿਤੇ ਘੱਟ ਆ, ਉੱਥੇ ਉਹਨਾਂ ਦੇ 20-25 ਕਾਲਜ ਨੇ, ਮੈਡੀਕਲ ਦੇ ਕਾਲਜ ਨੇ, ਉਹ ਪੂਰੇ ਸੰਸਾਰ ਦੇ ਅੰਦਰ ਮੈਡੀਕਲ ਸੇਵਾਵਾਂ ਮੈਡੀਕਲ ਐਜੂਕੇਸ਼ਨ ਪ੍ਰੋਵਾਈਡ ਕਰਦੇ ਨੇਗੇ। ਸੋ ਸਾਡੀ ਪ੍ਰਾਇਓਰਟੀ ਹੈ ਕਿ ਪੰਜਾਬ ਨੂੰ ਅਸੀਂ ਉੱਥੇ ਲੈ ਕੇ ਜਾਈਏ ਤਾਂ ਕਿ ਪੰਜਾਬ ਦੇ ਵਿੱਚ ਵੀ ਦੂਜੇ ਸੂਬਿਆਂ ਦੇ ਬੱਚੇ ਵੀ ਆ ਕੇ ਪੜ੍ਹਨ, ਹੋਰਨਾਂ ਸਟੇਟਾਂ ਦੇ ਬੱਚੇ ਵੀ ਆ ਕੇ ਪੜ੍ਹਨ। ਸੋ ਇਸ ਕਰਕੇ ਅਸੀਂ ਸਭ ਲਗਭਗ 3 ਕਾਲਜਾਂ ਤੋਂ ਜਿਹੜੇ ਸਟਾਰਟ ਹੋਣਗੇ, ਬੇਸਿਕਲੀ ਕੁੱਲ 5 ਕਾਲਜ ਨੇ ਪੰਜਾਬ 'ਚ, ਸਾਡਾ ਟੀਚਾ ਕਿ 5 ਕਾਲਜ ਬਣ, ਪਰ ਲੇਕਿਨ ਪਹਿਲੇ ਸਟੈਪ ਦੇ ਵਜੋਂ 3 ਕਾਲਜਾਂ ਨੂੰ ਅਸੀਂ ਸਟਾਰਟ ਕਰਾਂਗੇ, ਥੋੜ੍ਹੇ ਦਿਨਾਂ ਬਾਅਦ, ਥੋੜ੍ਹੇ ਮਹੀਨਿਆਂ ਬਾਅਦ ਤੁਹਾਡੇ 2 ਨੂੰ ਵੀ ਕਰਾਂਗੇ। ਸੋ ਮੈਂ ਅੱਜ ਇੱਕ ਵਾਰ ਫਿਰ ਕਾਂਸਲ ਸਾਹਿਬ ਨੂੰ, ਉਹਨਾਂ ਦੀ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਗਾ ਕਿ ਜਿਹਨੇ ਹਮੇਸ਼ਾ ਹੀ ਇਲੈਕਟ੍ਰੋ ਹੋਮਿਓਪੈਥੀ ਦੇ ਲਈ ਕੰਮ ਕਰਦੇ ਰਹਿੰਦੇ ਨੇ, ਜਿਹੜੇ ਹਮੇਸ਼ਾ ਹੀ ਇਸ ਗੱਲ ਲਈ ਤਤਪਰ ਨੇ ਕਿ 2 ਬੂੰਦਾਂ ਜਿਹੜੀਆਂ ਦਵਾਈ ਦੀਆਂ ਪਿਲਾ ਕੇ ਮਰੀਜ਼ ਨੂੰ ਕਿਵੇਂ ਠੀਕ ਕਰਨਾ ਗਾ, ਇੱਕ ਗੋਲੀ ਦੇ ਕੇ ਜਿਹਦਾ ਕੋਈ ਸਾਈਡ ਇਫੈਕਟ ਨਾ ਹੋਵੇ ਮਨੁੱਖ ਨੂੰ ਕਿਵੇਂ ਠੀਕ ਕਰਨਾ, ਬਹੁਤ ਵੱਡੀ ਮਤਲਬ ਮੈਂ ਸਮਝਦਾ ਇੱਕ ਕੰਮ ਆ ਗਿਆ। ਨਹੀਂ ਤਾਂ ਆਪਾਂ ਬਹੁਤ ਜਲਦੀ ਹਥਿਆਰ ਛੁੱਟ ਜਾਂਦੇ ਹਾਂ, ਆਪਾਂ ਬਹੁਤ ਜਲਦੀ ਛੱਡ ਜਾਂਦੇ ਹਾਂ, ਪਰ ਡਾਕਟਰ ਕਾਂਸਲ ਸਾਹਿਬ ਬੜੇ ਲੰਬੇ ਅਰਸੇ ਤੋਂ ਪੂਰਾ ਇੱਕ ਜ਼ੋਰਦਾਰ ਸੰਘਰਸ਼ ਕਰ ਰਹੇ ਨੇ ਕਿ ਇਲੈਕਟ੍ਰੋ ਹੋਮੋਪੈਥੀ ਨੂੰ ਲੋਕਾਂ ਦੀ ਪੈਥੀ ਕਿਵੇਂ ਬਣਾਇਆ ਜਾਵੇ, ਲੋਕਾਂ ਦੇ ਨਾਲ ਕੋਰਲੇਟ ਕਿਵੇਂ ਕੀਤਾ ਜਾਵੇ, ਲੋਕਾਂ ਨੂੰ ਕਿਵੇਂ ਕਨੈਕਟ ਕੀਤਾ ਜਾਵੇ, ਕਿਵੇਂ ਲੋਕਾਂ ਨੂੰ ਜਲਦੀ ਠੀਕ ਕੀਤਾ ਜਾਵੇ, ਬਹੁਤ ਵੱਡੀ ਮੈਂ ਸਮਝਦਾ ਇਹਨਾਂ ਦੀ ਦੇਣ ਆ। ਸੋ ਮੈਂ ਇਹਨਾਂ ਦੀ ਨਿੱਜੀ ਤੌਰ 'ਤੇ ਬਹੁਤ ਪ੍ਰਸ਼ੰਸਾ ਕਰਦਾ ਕਿ ਹਮੇਸ਼ਾ ਹੀ ਇਹ ਆਪਣੇ ਕਾਜ ਲਈ, ਹਮੇਸ਼ਾ ਹੀ ਆਪਣੇ ਕਾਜ ਲਈ ਲਗਾਤਾਰ ਉਹਦੇ ਲਈ ਲੜਦੇ ਵੀ ਨੇ, ਉਹਨੂੰ ਅੱਗੇ ਵੀ ਲੈ ਕੇ ਜਾਂਦੇ ਨੇ ਕਿ ਸੋ ਬਿਲਕੁਲ ਇਹ ਮਨੁੱਖ ਨੂੰ ਕਰਨਾ ਚਾਹੀਦਾ। ਜੇਕਰ ਮਨੁੱਖ ਇਸ ਤਰ੍ਹਾਂ ਕਰਦਾ ਤਾਂ ਹੀ ਕੋਈ ਨਾ ਕੋਈ ਜਿਹੜੀ ਇੰਸਟੀਟਿਊਸ਼ਨ ਆ ਉਹ ਕਾਮਯਾਬ ਹੁੰਦੀ ਹੈ। ਇੰਸਟੀਟਿਊਸ਼ਨ 1-2 ਸਾਲਾਂ 'ਚ ਕਾਮਯਾਬ ਨਹੀਂ ਹੁੰਦੀ, ਕਈ ਵਾਰ ਬਹੁਤ ਲੰਬਾ ਅਰਸਾ ਲੱਗ ਜਾਂਦਾ, ਕਈ ਵਾਰ 2-3 ਪੀੜ੍ਹੀਆਂ ਵੀ ਲੱਗ ਜਾਂਦੀਆਂ ਨੇ ਕਿਸੇ ਸਿਸਟਮ ਨੂੰ ਜਿਹੜਾ ਹੈਗਾ ਕਾਮਯਾਬ ਕਰਨ ਲਈ। ਸੋ ਡਾਕਟਰ ਸਾਹਿਬ ਨੇ ਬਹੁਤ ਵੱਡਾ ਬੀੜਾ ਚੁੱਕਿਆ ਗਾ। ਸੋ ਮੈਂ ਇਹਨਾਂ ਵੱਲ ਆਉਂਦੇ ਕਿਉਂਕਿ ਅੱਜ ਥੋੜ੍ਹੇ ਜਿਹੇ ਥੋੜ੍ਹੀ ਧੁੰਦ ਕਰਕੇ ਸਮਾਂ, ਰਾਤ ਨੂੰ ਵੀ ਗੱਡੀਆਂ ਨਹੀਂ ਚੱਲਦੀਆਂ, ਸਵੇਰੇ ਜਲਦੀ ਨਹੀਂ ਚੱਲਦੀਆਂ, ਇਸ ਕਰਕੇ ਸਮਾਂ ਘੱਟ ਗਿਆ। ਸੋ ਜਦੋਂ ਵੀ ਅਗਲੀ ਵਾਰ ਬੁਲਾਉਂਗੇ ਲੰਬਾ ਸਮਾਂ ਕੱਢ ਕੇ ਔਰ ਜਦੋਂ ਮੌਸਮ ਠੀਕ ਹੋਇਆ, ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂ ਤਾਂ ਫੰਕਸ਼ਨ ਵੀ ਉੱਦਾਂ ਰੱਖੇ ਜਦੋਂ ਥੋੜ੍ਹਾ ਖੁੱਲ੍ਹਾ ਮੌਸਮ ਹੋਵੇ, ਤਾਂ ਕਿ 2-3 ਘੰਟੇ ਬੈਠ ਕੇ, ਪਿਛਲੀ ਵਾਰ ਕਾਫੀ ਲੰਬਾ ਅਰਸਾ ਟਾਈਮ ਲੱਗ ਗਿਆ ਸੀ, ਉਦੋਂ ਕਾਫੀ ਮੈਡੀਸਨ ਫਿਰ ਮੈਂ ਲੈ ਕੇ ਗਿਆ ਸੀ ਜਿਨ੍ਹਾਂ ਨੇ ਕਾਫੀ ਅੱਛੀ ਜਿਹੜੀ ਆ ਸਿਹਤ ਦੇ ਉੱਤੇ ਉਹਦਾ ਪ੍ਰਭਾਵ ਪਿਆ, ਸੋ ਅੱਛਾ ਪ੍ਰਭਾਵ ਉਹਨਾਂ ਨੂੰ ਚੱਲਿਆ। ਸੋ ਇੰਨਾ ਕੁਛ ਕਹਿੰਦਾ ਸੰਸਥਾ ਵੱਲੋਂ ਸਰਦਾਰ ਹਰਪਾਲ ਸਿੰਘ ਚੀਮਾ ਦਾ ਸਨਮਾਨ, ਤਾੜੀਆਂ ਜ਼ਰੂਰ ਹੋਣੀ ਚਾਹੀਦੀ। ਵਿੱਤ ਮੰਤਰੀ ਪੰਜਾਬ ਸਰਦਾਰ ਹਰਪਾਲ ਸਿੰਘ ਚੀਮਾ, ਉਹਨਾਂ ਦਾ ਸਨਮਾਨ ਸਾਡੇ ਵੱਲੋਂ।